ਕੈਬ ਬਣਦਾ 300 ਦੇ ਕਰੀਬ ਔਰ ਅੱਧਾ ਉਹ ਕਰੋਪ ਕੋਆਪਰੇਸ਼ਨ ਮਹਿਕਮਾ ਕਰੂਗਾ ਅੱਧੀ ਅਸੀਂ ਦੇ ਰਹੇ ਹਾਂ ਤਾਂ ਕਿ ਤੁਹਾਡਾ ਪੂਰਾ ਗੰਨੇ ਦਾ ਭਾਅ ਤੁਹਾਨੂੰ ਮਿਲ ਜੇ ਫਿਰ ਤੁਸੀਂ ਨੌਕਰੀਆਂ ਦੇ ਬਾਰੇ ਵਾਰ ਵਾਰ ਮੈਨੂੰ ਕਹਿੰਦੇ ਹੋ ਇਹ ਜ਼ਰੂਰੀ ਗੱਲ ਹੈ ਕਿ ਜਦੋਂ ਜਦੋਂ ਕੋਈ ਬੱਚਾ ਪੜ੍ਹਦਾ ਹੈ ਅੱਗੇ ਨਿਕਲਦਾ ਹੈ ਉਹਦੀ ਡਿਗਰੀਆਂ ਹੁੰਦੀਆਂ ਨੇ ਉਹ ਨੌਕਰੀ ਪਾੜੂਗਾ ਉਹ ਅਸੀਂ ਜ਼ਰੂਰ ਇਸ ਨੂੰ ਤੁਹਾਨੂੰ ਪਤਾ ਹੈ ਅਸੀਂ ਕਰਦੇ ਆਏ ਹਾਂ ਪਿਛਲੇ 3 ਸਾਲਾਂ ਤੋਂ ਆਪਣੇ ਜੋਬ ਮੇਲਾਜ਼ ਵਗੈਰਾ ਤਾਂ ਕਿ ਉੱਥੇ ਦੇ ਬੱਚੇ ਨੂੰ ਮਿਲਣ ਨੌਕਰੀਆਂ ਔਰ ਆਹ ਹੁਣ ਬੰਦ ਕਰਨੀਆਂ ਪਈਆਂ ਇਸ ਕੋਵਿਡ ਕਰਕੇ ਫਿਰ ਅਸੀਂ ਜਦ ਕੋਵਿਡ ਦਾ ਕੰਮ ਖੁੱਲੂਗਾ ਫਿਰ ਅਸੀਂ ਜ਼ਰੂਰ ਤੁਹਾਨੂੰ ਇਹ ਦੁਬਾਰਾ ਅਸੀਂ ਜੋਬ ਮੇਲਾਜ਼ ਰੱਖਾਂਗੇ ਇਹਦੇ ਵਿੱਚ ਸਰਕਾਰੀਆਂ ਨੌਕਰੀਆਂ ਦੀ ਮੰਗ ਹੁੰਦੀ ਆਮ ਤੌਰ 'ਤੇ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਨਾ ਉਹ ਬਹੁਤ ਥੋੜ੍ਹੀਆਂ ਨੇ 12,000 ਬੰਦਾ ਰਿਟਾਇਰ ਹੁੰਦਾ ਸਾਲ 'ਚ ਤਾਂ 12,000 ਤੁਸੀਂ ਭਰ ਸਕਦੇ ਹੋ ਜਾਂ ਜਿਹੜਾ ਕੋਈ ਬੈਕਲੌਗ ਹੈ ਕੁਛ ਜਿੰਨਾ ਵੀ ਹੈ ਉਹ ਤੁਸੀਂ ਭਰ ਸਕਦੇ ਹੋ ਨਵੇਂ ਮਹਿਕਮੇ ਨਹੀਂ ਬਣ ਸਕਦੇ ਔਰ ਉਹਨਾਂ ਨੂੰ ਆਪਾਂ ਖਿੱਚ ਕੇ ਵੱਡਾ ਤਾਂ ਕਰ ਨਹੀਂ ਸਕਦੇ ਸੋ ਇੱਕ ਪਾਸੇ ਤਾਂ ਇਹ ਹੈ ਇਹ ਅਸੀਂ ਖੋਲ੍ਹਾਂਗੇ ਜ਼ਰੂਰ ਗਵਰਨਮੈਂਟ ਦੇ ਮਹਿਕਮੇ ਵੀ ਅਸੀਂ ਖੋਲ੍ਹਾਂਗੇ ਪਰ ਇਸ ਦੇ ਨਾਲ ਪ੍ਰਾਈਵੇਟ ਇੰਡਸਟਰੀ ਬਹੁਤ ਲਿਆ ਰਹੀ ਹੈ ਅਸੀਂ ਚੀਨ ਤੋਂ ਲਿਆਉਣਾ ਚਾਹੁੰਦੇ ਹਾਂ ਸਾਡੇ ਮੌਜੂਦਾ ਉਰੇ ਇੰਡਸਟਰੀ ਬੜੀ ਲੱਗ ਰਹੀ ਹੈ ਬਹੁਤ ਯੂਨਿਟ ਸਾਡੇ ਆਏ ਨੇ ਇਹ 2 ਸਾਲਾਂ ਦੇ ਵਿੱਚ ਜਦ ਤੋਂ ਸਾਡੀ ਸਰਕਾਰ ਆਈ ਹੈ ਬਹੁਤ ਲੋਕ ਉਰੇ ਆ ਕੇ ਇੱਥੇ ਆ ਕੇ ਆਪਣਾ ਨਵੀਂ ਇੰਡਸਟਰੀ ਲਾਉਣ ਦੀ ਜ਼ਮੀਨਾਂ ਲੈ ਰਹੇ ਨੇ ਔਰ ਕੰਮ ਵੀ ਸ਼ੁਰੂ ਹੋ ਗਿਆ ਕਿਤੇ ਕਿਤੇ ਤਾਂ ਕੰਮ ਵੀ ਸ਼ੁਰੂ ਹੋ ਗਿਆ ਸੋ ਬੜੀ ਅੱਛੀ ਗੱਲ ਹੈ ਕਿ ਪੰਜਾਬ ਹੁਣ ਇੰਡਸਟਰੀਲਾਈਜੇਸ਼ਨ ਦੇ ਤੌਰ 'ਤੇ ਨਿਕਲ ਰਿਹਾ ਅੱਗੇ ਪਾਵਰ ਟੈਰਿਫ ਦਾ ਤੁਹਾਨੂੰ ਦੇਖਿਆ ਕਿ ਅਸੀਂ ਹੁਣ ਬਿਜਲੀ ਦੇ ਡੋਮੈਸਟਿਕ ਜਿਹੜੇ ਥੋੜ੍ਹੀ ਅਸੀਂ ਰੱਖ ਦਿੱਤੀ ਆ ਲੋਕਾਂ ਨੂੰ ਇਹ ਦੇਣੀ ਦੀ ਲੋੜ ਸੀ ਕਿਉਂਕਿ ਹੁਣ ਤੁਸੀਂ ਕੋਈ ਨੌਕਰੀ ਨਹੀਂ ਕਰ ਰਿਹਾ ਕੋਈ ਫੈਕਟਰੀਆਂ ਬੰਦ ਪਈਆਂ ਸੀਆਂ ਕੁਛ ਇਹ ਸਾਰੇ ਜਿਹੜੀ ਸਮੱਸਿਆ ਬਣੀ ਹੋਈ ਹੈ ਪੰਜਾਬ 'ਚ ਆਰਥਿਕ ਤੌਰ 'ਤੇ ਜਿਹੜੇ ਸਾਡੇ ਬੱਸ ਦੀ ਗੱਲ ਸੀ ਅਸੀਂ ਉਹ ਕੀਤੀ ਹੁਣ ਸਾਡੇ ਤਕਰੀਬਨ 70 ਲੱਖ ਆਪਣੇ ਡੋਮੈਸਟਿਕ ਸਾਡੇ ਬੰਦੇ ਨੇ ਜਿਹੜੇ ਆਪਣੇ ਪਾਵਰ ਲੈਂਦੇ ਨੇ ਜਿਹੜੇ ਪਾਵਰ ਆਪਣੇ ਘਰਾਂ ਦੇ ਵਿੱਚ ਲੈਂਦੇ ਨੇ ਬਿਜਲੀ ਆਪਣੇ ਘਰਾਂ ਦੇ ਵਿੱਚ ਲੈਂਦੇ ਨੇ ਉਹ ਤਕਰੀਬਨ 70 ਲੱਖ ਦੇ ਕਰੀਬ ਨੇ ਉਹਦੇ ਵਿੱਚੋਂ ਅਸੀਂ 67 ਲੱਖ ਨੂੰ ਜਿਹੜੇ ਬਿਲਕੁਲ ਘੱਟ ਲੈ ਬਿਜਲੀ ਇਸਤੇਮਾਲ ਕਰਨ ਵਾਲੇ ਨੇ ਜਿਹੜੇ ਗਰੀਬ ਬੰਦੇ ਨੇ ਜਾਂ ਉਸ ਕਿਸਮ ਦੀ ਬਿਜਲੀ ਦੀ ਕੰਜ਼ਮਪਸ਼ਨ ਹੈ ਜਿਹੜੀ ਘੱਟ ਹੈ ਉਹਨਾਂ ਨੂੰ ਅਸੀਂ ਰਾਹਤ ਦਿੱਤੀ ਹੈ ਜਿਹੜੇ ਵੱਡੇ ਰਹਿ ਗਏ 3 ਲੱਖ ਦੇ ਕਰੀਬ ਉਹਨਾਂ ਨੂੰ ਆਪਣਾ ਬਿਜਲੀ ਪੂਰੀ ਦੇਣੀ ਪਊ ਲੇਕਿਨ ਸਾਰੇ ਜਿਹੜੀ ਗਰੀਬ ਜਨਤਾ ਹੈ ਔਰ ਜਿਨ੍ਹਾਂ ਦੇ ਬਿੱਲ ਘੱਟ ਆਉਂਦੇ ਨੇ ਉਹਨਾਂ ਨੂੰ ਅਸੀਂ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇੰਨਾ ਅਸੀਂ ਦੇ ਸਕੇ ਹਾਂ ਅਗਲੇ ਸਾਲ ਅਸੀਂ ਹੋਰ ਦੇਖਾਂਗੇ ਇਸ ਨੂੰ ਤਾਂ ਕਿ ਤੁਹਾਨੂੰ ਅਸੀਂ ਹੋਰ ਰਾਹਤ ਦੇ ਸਕੀਏ ਹੁਣ ਮੈਂ ਗੱਲ ਕਰਨਾ ਚਾਹੁੰਦਾ ਹਾਂ ਤੁਹਾਡੇ ਨਾਲ ਜਿਹੜੀਆਂ ਕੁਝ ਸਵਾਲ ਤੁਸੀਂ ਮੈਨੂੰ ਕੀਤੇ ਨੇ ਪਹਿਲਾਂ ਤੁਸੀਂ ਕਿਹਾ ਕਿ ਇੱਥੇ ਹੈ ਮਨਜੀਤ ਸਿੰਘ ਜੀ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਵਿਦਿਆਰਥੀਆਂ ਦੇ ਮੇਰੇ ਕੋਲ ਦਸਖਤ ਨੇ ਇੱਕ ਪਟੀਸ਼ਨ ਕਿ ਸਾਡੇ ਕੈਂਸਲ ਦੀ ਆਫਲਾਈਨ ਐਗਜ਼ਾਮ ਫੋਰ ਦ ਬੈਟਰਮੈਂਟ ਆਫ ਪਟਿਆਲਾ ਮਨਜੀਤ ਸਿੰਘ ਦੇਖੋ ਇਹ ਸਾਡੀ ਵਾਸਤੇ ਗੱਲ ਨਹੀਂ ਹੈ ਇਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਕਰਦਾ ਜੋ ਸਕੂਲਾਂ ਤੱਕ ਹੈ ਜੈਸੇ ਅਸੀਂ ਹੁਣ ਐਗਜ਼ਾਮ ਦੇ ਕਰ ਦਿੱਤੇ 5ਵੀਂ ਜਮਾਤ 8ਵੀਂ ਜਮਾਤ ਔਰ 10ਵੀਂ ਜਮਾਤ ਇਹ ਕਾਲਜਾਂ ਦਾ ਨਹੀਂ ਅਸੀਂ ਕਰ ਸਕਦੇ ਕਾਲਜ ਔਰ ਯੂਨੀਵਰਸਿਟੀਜ਼ ਉਹ ਯੂਨੀਵਰਸਿਟੀ ਦਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਫੈਸਲਾ ਕਰਦੀ ਹੈ ਕਿ ਕਦੋਂ ਇਮਤਿਹਾਨ ਹੋਣਗੇ ਔਰ ਯੂਨੀਵਰਸਿਟੀਆਂ ਨੂੰ ਦੱਸਿਆ ਜਾਂਦਾ ਹੈ ਹੁਣ ਸਾਡੀ ਜਿਹੜੀ ਯੂਨੀਵਰਸਿਟੀਜ਼ ਦੋਨੋਂ ਨੇ ਉਹਨਾਂ ਨੇ ਜਿਹੜੇ ਤਾਂ ਫਾਈਨਲ ਐਗਜ਼ਾਮ ਨੇ ਫਾਈਨਲ 6ਵੀਂ 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 ਟਰਮ ਜਿਹੜੇ ਸੈਮਿਸਟਰ ਹੈ ਤੁਹਾਡਾ ਉਹ ਤਾਂ ਤੁਹਾਨੂੰ ਕਰਨਾ ਹੀ ਪਊ ਇਮਤਿਹਾਨ ਉਹ ਤਾਂ ਜੋ ਉਹਨਾਂ ਦਾ ਫੈਸਲਾ ਕਰ ਸਕਦੇ ਯੂਨੀਵਰਸਿਟੀ ਜਿੰਨਾ ਹੈਲਪ ਕਰ ਸਕਦੀ ਉਹ ਕਰਨਗੇ ਲੇਕਿਨ ਜੋ UGC ਨੇ ਕਿਹਾ ਕਿ ਤੁਸੀਂ ਆਪਣੇ ਜੁਲਾਈ ਦੇ ਵਿੱਚ ਤੁਹਾਨੂੰ ਇਮਤਿਹਾਨ ਰੱਖਣੇ ਪੈਣਗੇ ਲੇਕਿਨ ਜਿਹੜੇ ਦੂਜੇ ਨੇ ਫਸਟ ਈਅਰ ਸੈਕਿੰਡ ਜਾਂ ਥਰਡ ਈਅਰ ਵਗੈਰਾ ਫਸਟ ਈਅਰ ਸੈਕਿੰਡ ਸੈਮਿਸਟਰ ਜਾਂ ਥਰਡ ਸੈਮਿਸਟਰ ਵਗੈਰਾ ਉੱਥੇ ਯੂਨੀਵਰਸਿਟੀ ਫਰਕ ਪਾ ਸਕਦੀ ਹੈ ਥੋੜ੍ਹੀ ਦੇਰ ਡਿਲੇ ਕਰ ਸਕਦੀ ਹੈ ਔਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਗੱਲ ਨੂੰ ਦੇਖੋ ਕਿਉਂਕਿ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ 3 ਮਹੀਨੇ ਤੋਂ ਲੋਕਡਾਊਨ ਰਿਹਾ ਸੋ ਆਈ ਹੋਪ ਕਿ ਉਹ ਯੂਨੀਵਰਸਿਟੀਜ਼ ਉੱਥੇ ਮਦਦ ਕਰ ਸਕਦੀਆਂ ਨੇ ਲੇਕਿਨ ਫਾਈਨਲ ਐਗਜ਼ਾਮ ਉਹ ਅਸੀਂ ਨਾ ਯੂਨੀਵਰਸਿਟੀ ਕਰ ਸਕਦੀ ਹੈ ਨਾ ਪੰਜਾਬ ਗਵਰਨਮੈਂਟ ਕਰ ਸਕਦੀ ਹੈ ਉਹ ਤੁਹਾਨੂੰ ਹੋਊਗਾ ਇਹ ਤੁਸੀਂ ਰਹਿਤ ਬਾੜਾ ਮੋਹਾਲੀ ਤੋਂ ਹਿਮਾਂਸ਼ੂ ਗੁਪਤਾ ਜੀ ਨੇ ਕਿਹਾ ਕਿ ਸਾਡੇ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਨਵਰੀ ਤੋਂ ਹੁਣ ਇਹ ਮੈਂ ਜ਼ਰੂਰ ਉਹਨਾਂ ਨੂੰ ਸਾਡੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਕਹੂੰਗਾ ਕਿ ਚੈੱਕ ਕਰਨ ਗੱਲ ਕੀ ਹੈ ਲੇਕਿਨ ਜੋ ਪਤਾ ਲੱਗਿਆ ਸਾਨੂੰ ਕਿ ਉਹਨਾਂ ਦੇ ਅੰਦਰੂਨੀ ਕੋਈ ਕੁਛ ਸਮੱਸਿਆਵਾਂ ਨੇ ਯੂਨੀਵਰਸਿਟੀ ਦੇ ਵਿੱਚ ਫਿਰ ਵੀ
अगर यूनिवर्सिटी चल रही है साड़ी जिम्मेवारी बनती है ना विलास की हायर एजुकेशन डिपार्टमेंट जी है कि तुम यदा पता करो कि क्यों साढ़े अज देखो हूँ आप जून च पहुँच के छे महीने तनख्वाह नहीं देनी ये गलत बात है और वी विल जरूर असं देखा। एक तुम मैंने पूछे कि साढ़े एरिया से हुशियारपुर तो है गगनदीप जी कि डोमिनोज का रेस्टोरेंट 9 बजे तक खुलिया है, बिल्कुल गलत है। साढ़ा 7 बजे तक सी साड़ी करफ्यू वगैरह बाहर जाने का और करफ्यू लग जाता सी 7 बजे, उस तो बाद अगर इन्होंने 9 बजे तक खोलिया असं अज ही डिप्टी कमिश्नर को कहेंगे चैक करन और उन्होंने जो भी कानूनी वसा के मुताबिक जो उन्होंने फाइन करना है फाइन करन। ये बिल्कुल गलत बात है कि अगर तोड़न लग जाओ करफ्यू वगैरह फिर लाने का फायदा की है, असं लोगों को बचाना चाहते हैं ला के और यही जे लोग जड़े करते हैं ये बिल्कुल गलत कर रहे हैं। अज मनजीत सिंह जी खोर ने पटियाले तो उन्होंने कहा कि मैं मेरे इलैक्शन एजेंट होंगे से 1980 की इलैक्शन ते मेरी तबीयत ठीक नहीं पर मैं एक बार थोड़े नाल चाह पीना चाहना शौक नाल बड़े मैं आप पर प्रबंध करांगा कि अगर मैं पटियाले आया उत्थे मिलिए अगर तुसी आ सकते हो कि थोनू असी आप लेके आवांगे उरे और उरे मेरे कोल आके तुसी चाह जरूर पी के जाओ। मंजीत जी तकड़े रहो, तुसी कह रहे हो कि मेरा अखीरले दम तक तो पहला मैं पीना चाहना कि तुसी कदें जाना हाले साढ़े कोल ही रहना आप सारे कट्ठे ही इतने लड़ाई लड़निया ने बहुत हाले अगे पहला तुसी मेरे इलैक्शन एजेंट से 1980 हूँ देख लो किन्ने साल हो गए। तकड़े रहना और मिलांगे जरूर बट तुहानू कदे नहीं जान देना सी। तुसी फिर मैनू पुछिया ये महाराष्ट्र वगैरह ये पुछिया मैनू गुरलीन कौर जी लुधियाने दे नाले संजय शर्मा जी बठिंडे और एक बिक्रमजीत सिंह बहला मानसा तो एको ही तकरीबन किस्म के सवाल ने मैं तुम दस दिना तुझे पूछा है कि की प्रबंध तुसी कीते ने कोविड अगर फैल जाए एंड हिंदुस्तान दे विच 1 लाख तो 2 लाख करोना पेशेंट्स हो गए ने 15 दिन च थोड़ा की प्लान है अगे वास्ते रोड मैप टू डील विद करोना पेंडेमिक के है बिक्रमजीत बहला ने। देखो गल है असी वाहेगुरु की कृपा नाल सारे कंट्रोल ने इस वेले साड़ा सिचुएशन ये है अज दे दिन कि टोटल साढ़े केसेस अज तक 2461 ने उहदे विचों 5 जून नू 46 बंदियां नू कोविड होया सीगा होया अच्छे मौतां साड़ियां अफसोस है सानू कहिंदे लेकिन 48 मौतां होईयां ने एक सी कल और साढ़े सैंपल बड़े लिते गए ने 1,13,000 लिते गए ने और जेड़े सैंपल पॉजिटिव हुए ने वो टोटल 2461 कल 46 और पेशेंट्स जेड़े रिकवर हुए ने ये साढ़े वास्ते बहुत बड़ी गल है 2070 साढ़े पेशेंट रिकवर हुए ने कल 26 वापस अपने घर गए ने और पेशेंट एडमिटेड टू आइसोलेशन फैसिलिटीज कल 47 टोटल सिर्फ 438 और हाई डेंसिटी हाई डिपेंडेंसी यूनिट जी ऑक्सीजन नाल वो 3 और वेंटिलेटर सपोर्ट से भी कल 1 कल ऑक्सीजन का कोई नहीं सी। टोटल साढ़े पंजाब दे विच 3 होए ने हाई डिपेंडेंसी यूनिट और 3 वेंटिलेटर सपोर्ट क्यूमुलेटिव और कल सिर्फ 1 सी। हुण इहदे बावजूद कि बड़ी अच्छी तरह कंट्रोल हो रहा सारा मेडिकल तौर पर असी कोई कसर नहीं छड़ रहे। हुण पहले स्टेज विच 4,248 साढ़े कोल बैड्स ने अडिशनल बैड्स असी फाल इस तो अलावा 2014 होर असी किया तो 6,000 तो उपर साढ़े कोल 6,250 के करीब साढ़े बैड्स हो जाएंगे ये पब्लिक सैक्टर सारी गवर्नमेंट हॉस्पिटल च। प्राइवेट सैक्टर के 4,950 और टोटल साढ़े आइसोलेशन सेंटर जो आइडेंटिफाई किए ने कि अगर क्राइसिस बढ़ जाए तो 52 तो गवर्नमेंट के 52 और 195 प्राइवेट एरियाज सो असी इन्ना तो बैड्स का असी प्रबंध किया कि अगर फैल जाए तो किस तरीके असी इन संभाल करांगे। इस तो अलावा वेंटिलेटर्स साढ़े कोल 554 ने और अज सिर्फ वेंटिलेटर तो 1 पेशेंट है तो तुम आप समझ लो साढ़े को रिजर्व बहुत ने इस काम का जड़े एन 95 मार्क्स ने
वो 4,88,000 साढ़े स्टॉक च ने, जिते ट्रिपल लेयर मास्क ने 64,00,000 साढ़े कोल स्टॉक च ने, पीपीई किट्स 2,28,000 साढ़े स्टॉक च ने। इन्हां हॉस्पिटलों देने तो बाद और हॉस्पिटल के रिजर्व तो बाद जो सरकार दे हेल्थ डिपार्टमेंट के कोल है वह जिक्र मैं तुम्हें कर रहा, और ऑक्सीजन सिलेंडरस सिर्फ मैं तुम दसिया तीन बंदे ऑक्सीजन ते रहे ने, तो साढ़े को 2,223 साढ़े को सिलेंडरस इस वे अवेलेबल है। सो साढ़े को सपोर्ट बहुत असी एडवांस रखी है कि अगर कोई यह जी गल हो जाए तो साढ़े को सारा प्रबंध साढ़े को होना चाहिए और सारा असी तैयार रखे, लेकिन ये होन नहीं देना और वो थोड़े हाथ से। अगर तुम मेरी गल मनोगे तो आ काम जोड़ा है ये स्टोर च ही रहे तो इतने चंगा, सानू लोड़ नहीं अपने लोगों वास्ते, अपना लोगों की जाना बचाया ने और जाना बचावे जिस तरीके मैं थोड़ा दसिया, मेरा काम नहीं है डॉक्टर दसते हैं और डॉक्टर की आप गल बीमारी है और डॉक्टर की गल आप सुननी चाहिए। तो याद रखो एक बार फिर मैं कहना थोनों, तुम सोशल डिस्टेंसिंग रखो, मास्क पाओ, मास्क बगैर बाहर नहीं जाना, थुकना नहीं बिल्कुल बाहर, और तुम अपने बिल्कुल एहतियात नाल तुसी अपना सारा संभाल करो, तो आप चीज़ों की अपन लोड़ नहीं। और मैं वरतना नहीं चाहता, मैं अपने बंदियां दी सेहत नू ठीक रखना चाहना और वह हूँ थोड़े हाथ है, और कोई सपोर्ट मैं कर सकता है, कदे मेरी लोड़ पवे तुसी मैनू जरूर दसना इस बारे। तुसी क्या है कि COVID-19 करके एक मौका मिले कि आप अर्बन डिवेलपमेंट तो चलती रहती है, कोविड के नाल कोई कनैक्शन नहीं है, असी जरूर जिथे जिथे डिवेलपमेंट की लोड़ है वी आर डूइंग जो साढ़े रिसोर्स असी कर सकते हैं असी टोटल करा। एंड तुसी ये भी एक पूछे कि बच्चे सारे साइकिल डेडिकेटेड साइकिल ट्रैक्स का कोई प्रबंध करो ताकि बच्चे अपनी साइकिलिंग वगैरह कर सकते हैं, इट्स अ गुड सजेशन। ये मैं जरूर असी स्पोर्ट्स डिपार्टमेंट कहेंगे कि कि आइडेंटिफाई करन ताकि असी इस बनवा सकी। फिर तुसी पूछे कि हुण लेबर अपनी चली गई और असी कैसे हुण इस अपनी झोने ते बड़ा असर पैना, ये झोने ते कोई असर नहीं पैना। नंबर एक देखो, जमाने दे नाल टाइम दे नाल नवें नवें ढंग भी निकलने रहे, हुण अपने आप ही किसानों ने सोचा कि लेबर नहीं मिल रही तो डायरैक्ट सोइंग ते पै गए। हुण तुसी कुछ पूछ रहे हो कि डायरैक्ट सोइंग का कोई यूनिवर्सिटी ने नहीं कुछ दसिया, लेकिन साड़ी यूनिवर्सिटी साडा एग्रीकल्चर महकमा इन्हां दे नाल है इस काम च और वो दसते हैं कि कैसे करना कैसे नहीं करना। और होर इत्थे ही नहीं, होर मुल्क ने दुनिया दे विच जिथे झोना हुंदा है जिथे डायरैक्ट सोइंग हुंदी है, तो ये तो इस वेले तक तो लेबर अवेलेबल हुंदी सी, लोगों के कोल लेबर हुंदी सी, तां लोग अपनी ट्रांसप्लांटेशन करते से पहला नर्सरी ला के, हुण जो नहीं रही इन्नी तो उन्होंने अपने आप सोचा लेबर तो आ रही है। एक गल तुसीं समझ लो कि बहुत लेबर वापस आ रही है, मेरे टेलीफोन पर आदि पर मैं डेली कहते ने सू ट्रेन भेजो और सू लेके आओ, लेकिन मैं तो ट्रेन भेज के असं तो 400 ट्रेना भेजिया ने और उन्होंने भजाया अपने घर, हूँ उत्थे जाके हम वापस आना चाहते हैं, उन्होंने वास्ते ट्रेन तो नहीं असं पहुँच सकते, लेकिन सू पता लग गया इंडस्ट्री इंडस्ट्रियलिस्ट भी उत्थे जा रहे हैं, एग्रीकल्चर भी जा रहे हैं और अपने आप लेबर न उतों लैके आ रहे हैं। इस तो अलावा साड़ी लेबर है कि नहीं, जिहड़ी साड़ी माइग्रेंट लेबर सी तकरीबन 13,00,000 के करीब साढ़े को माइग्रेंट लेबर सी, उहदे विचों सिर्फ 5,00,000 गई है। सो अज कोल 9,00,000, 8,00,000 और 9,00,000 के दरम्यान तो लेबर साढ़े को है। अज हुण फैक्ट्रियां जिहड़ियां चल रही ने साढ़े पंजाब दे विच 2,56,000 साड़ियां फैक्ट्रियां ने और 15,00,000 लेबर उहदे विच लगी हुई है इस वेले, वह कित्थों आई है, उही लेबर है। तो यह लेबर जिहड़ी नहीं गई वो हुण अपने कामां च लग गई तो हुण ठीक होण गया, और थोनू एग्रीकल्चर वास्ते भी तुसीं देख लेना थोनू लेबर मिलेगी, क्योंकि सिर्फ माइग्रेंट लेबर नहीं, साढ़े कोल अपनी लेबर भी है जो साढ़े गरीब वास्ते ने और वगैरह जो काम करते हैं, जो झोने की बिजाई करते हैं या कणक की वाढ़ी करते हैं या झोने की वाढ़ी करते हैं, वो सारे साढ़े कोल इस वेले है। सो ये मैनू इसका जरा तुसीं समझते हो कि बड़ा खतरा है, इहदा मैनू कोई खतरा नहीं लगता, डायरैक्ट सोइंग करो ये वधिया काम है, नहीं थोनू लेबर जरूर मिल जाएगी एंड मेरा ख्याल थोनू वरी करन दी ऐसी लोड़ नहीं है। स्मार्ट कार्ड की गल तुसी ये कही है कि 3 साल तो राशन के स्मार्ट कार्ड सानू नहीं मिले, ये मैं मिनिस्टर साहब नू कह चुके हैं, असी जिते जिते थोड़े नहीं मिल रहे तो आशु जी जो साढ़े मिनिस्टर ने वो इन्हों का प्रबंध कर रहे हैं कि कितने कोई रह गया बंदा
ਉਹਨੂੰ ਡਿਪਟੀ ਕਮਿਸ਼ਨਰ ਨੂੰ ਔਰ ਆਪਣੇ ਮਹਿਕਮੇ ਨੂੰ ਕਰਕੇ ਉਹਨਾਂ ਦੇ ਕਾਰਡ ਅਸੀਂ ਬਣਵਾ ਰਹੇ ਹਾਂ ਤਾਂ ਕਿ ਕਿਸੇ ਨੂੰ ਇਹਦੀ ਘਾਟ ਨਾ ਮਹਿਸੂਸ ਹੋਵੇ। ਸਰ ਤੁਸੀਂ ਮੈਨੂੰ ਪੁੱਛਿਆ ਫਿਰ ਕਿ ਤੁਸੀਂ ਇਹ ਜਿਹੜੇ ਬੰਦੇ ਮਾਸਕ ਨਹੀਂ ਪਾਉਂਦੇ ਅਤੇ ਆਪਣਾ ਡਿਸਟੈਂਸਿੰਗ ਨੋਮ ਵਗੈਰਾ ਨਹੀਂ, ਮਨੀਸ਼ ਨੇ ਮੋਹਾਲੀ ਤੋਂ, ਕਿ ਤੁਸੀਂ ਕੀ ਇਹਨਾਂ 'ਤੇ ਚਲਾਨ ਕਰ ਰਹੇ? ਅਸੀਂ ਕਰ ਰਹੇ ਚਲਾਨ, ਮੈਂ ਤੁਹਾਨੂੰ ਹੁਣੇ ਤਾਂ ਦੱਸਿਆ 4,600 ਬੰਦਿਆਂ ਦਾ ਇੱਕ ਦਿਨ 'ਚ, ਕੱਲ੍ਹ ਦੇ ਦਿਨ ਚਲਾਨ ਹੋਇਆ ਕਿ ਮਾਸਕ ਨਹੀਂ ਪਾਇਆ, ਔਰ 160 ਬੰਦੇ ਨੇ ਜਿਨ੍ਹਾਂ ਨੇ ਥੁੱਕਿਆ ਉਹਨਾਂ 'ਤੇ ਉੱਥੇ ਵੀ ਚਲਾਨ ਹੋਇਆ, ਔਰ ਤੀਸਰਾ ਜੋ ਸੋਸ਼ਲ ਡਿਸਟੈਂਸ ਨਹੀਂ ਮਨਾ ਰਹੇ ਉਹ ਵੀ ਕੁਛ ਲੋਕ ਸੇ ਚਲਾਨ ਹੋ ਰਿਹਾ, ਤਾਂ ਚਲਾਨ ਹੋ ਰਹੇ ਨੇ। ਪਰ ਚਲਾਨ ਤੁਸੀਂ ਇਸ ਨੌਬਤ ਵਿੱਚ ਆਉਂਦੇ ਕਿਉਂ? ਚਲਾਨ ਕਿਉਂ? ਤੁਸੀਂ ਮਾਸਕ ਪਾ ਲਓ, ਔਰ ਮਾਸਕ ਨਾਲ ਤੁਸੀਂ ਵੀ ਬਚੋਗੇ, ਲੋਕਾਂ 'ਤੇ ਵੀ ਕੋਈ ਬਿਮਾਰੀ ਨਹੀਂ ਜਾਣੀ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਆਪ ਕਰਨੀਆਂ ਚਾਹੀਦੀਆਂ ਨੇ, ਔਰ ਇਹ ਨੌਬਤ ਆਉਣੀ ਨਹੀਂ ਚਾਹੀਦੀ ਆਪਣੇ 'ਤੇ। ਪਰ ਔਰ ਇਹ ਦੇਖਣ ਵਾਸਤੇ ਕਿ ਜਿਹੜੇ ਲੋਕ ਕਾਨੂੰਨ ਨਹੀਂ ਮੰਨਦੇ, ਫਿਰ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ, ਫਿਰ ਪੁਲਿਸ ਨੂੰ ਕਿਹਾ ਹੋਇਆ ਕਿ ਇਸ 'ਤੇ ਤੁਹਾਨੂੰ ਚਲਾਨ ਕਰਨੇ ਪੈਣਗੇ, ਔਰ ਇੱਕ ਦਿਨ 'ਚ 4,600 ਕੋਈ ਛੋਟੀ ਗੱਲ ਨਹੀਂ ਹੈ ਕਿ ਪੰਜਾਬ ਦੇ ਵਿੱਚ ਇੰਨੇ ਲੋਕਾਂ ਦੀ ਇੱਥੇ ਇਹ ਹੋਇਆ। ਤੁਸੀਂ ਫਿਰ ਕਿਹਾ ਕਿ ਕੁਛ ਜਿਹੜੇ ਪ੍ਰਾਈਵੇਟ ਹੋਸਪਿਟਲ ਨੇ ਕਰੋਨਾ ਪੇਸ਼ੈਂਟਸ ਵਾਸਤੇ ਬਹੁਤ ਜ਼ਿਆਦਾ ਇਹ ਪੈਸੇ ਲੈਂਦੇ ਨੇ। ਦੇਖੋ, ਇਹ ਹੋਣਾ ਨਹੀਂ ਚਾਹੀਦਾ। ਦੈਰ ਇਹ ਪ੍ਰਾਈਵੇਟ ਹੋਸਪਿਟਲ 'ਤੇ ਵੀ ਆਈ ਵਿਲ, ਮੈਂ ਮੈਡੀਕਲ ਡਿਪਾਰਟਮੈਂਟ ਨੂੰ ਪੁੱਛਾਂਗਾ ਕਿ ਉਹਨਾਂ ਦੇ ਜਾ ਕੇ ਪਤਾ ਕਰਨ ਕਿ ਕੀ ਗੱਲ ਬਣ ਰਹੀ ਹੈ, ਕਿਉਂ ਇੱਥੇ ਚਾਰਜ ਹੋ ਰਹੇ ਹਨ। ਲੇਕਿਨ ਸਾਡੇ ਹੋਸਪਿਟਲਾਂ 'ਚ ਆਓ, ਮੈਂ ਤੁਹਾਨੂੰ ਸਾਰੇ ਅੰਕੜੇ ਤੁਹਾਨੂੰ ਦੱਸੇ ਨੇ। ਟੋਪ ਕਲਾਸ ਅਸੀਂ ਹੋਸਪਿਟਲ ਬਣਾ ਲਏ ਸਾਡੇ ਇਸ ਕਰੋਨਾ ਵਾਸਤੇ, ਸਭ ਕੁਛ ਤੁਹਾਡੇ ਕੋਲ ਹੈ, ਸਭ ਡਾਕਟਰਸ ਉੱਥੇ ਨੇ, ਸਭ ਨਰਸਿਸ ਉੱਥੇ ਨੇ, ਸਭ ਕੁਛ ਹੈ, ਉੱਥੇ ਜਾਓ। ਔਰ ਉੱਥੇ ਤੁਸੀਂ ਉੱਥੋਂ ਹੀ ਤਾਂ ਨਿਕਲੇ ਨੇ ਜਿਹੜੇ ਇੰਨੇ ਬੰਦੇ ਹੁਣ ਆਪਣੇ ਘਰਾਂ 'ਚ ਵਾਪਸ ਗਏ ਨੇ, 85% ਉਹ ਕਿੱਥੋਂ ਗਏ ਨੇ? ਗਵਰਨਮੈਂਟ ਹੋਸਪਿਟਲ 'ਚੋਂ ਵੀ ਗਏ ਨੇ। ਤਾਂ ਤੁਸੀਂ ਆਪਣਾ ਇਲਾਜ ਉੱਥੇ ਕਰਵਾ ਲਓ ਅਗਰ ਇੱਥੇ ਕੋਈ ਤੁਹਾਨੂੰ ਮਹਿਸੂਸ ਹੁੰਦਾ। ਲੇਕਿਨ ਇਸ ਦੇ ਬਾਵਜੂਦ ਮੈਂ ਜ਼ਰੂਰ ਹੈਲਥ ਨੂੰ ਕਹਾਂਗਾ ਕਿ ਇਹਨਾਂ ਦੇ ਚੈੱਕ ਕਰਨ ਕਿ ਕਿਆ ਚਾਰਜ ਕਰ ਰਹੇ ਨੇ ਲੋਕਾਂ ਨੂੰ। ਇੱਥੇ ਫਿਰ ਇੱਕ ਅਬੋਹਰ ਤੋਂ ਮੈਨੂੰ ਆਇਆ, ਪਤਾ ਨਹੀਂ ਕਿਉਂ ਇਹ ਨੌਬਤ ਆਈ ਹੈ ਕਿ ਮੈਨੂੰ ਤੁਸੀਂ ਇਹ ਚਿੱਠੀ ਇਹ ਸੁਨੇਹਾ ਮੈਨੂੰ ਭੇਜੋ, ਵਿਜੇ ਕੁਮਾਰ ਜੀ ਅਬੋਹਰ ਤੋਂ, ਕਿ ਮੈਨੂੰ ਨਾ ਕੋਈ ਕਾਰਡ ਹੈ ਰੈਸ਼ਨ ਦਾ ਮੇਰੇ ਕੋਲ, ਨਾ ਕੋਈ ਰੋਟੀ ਦੇ ਸਾਧਨ ਨੇ, ਪਲੀਜ਼ ਮੇਰੀ ਮਦਦ ਕਰੋ। ਇਹ ਮੈਨੂੰ ਅਫਸੋਸ ਹੈ ਸੁਣ ਕੇ ਕਿ ਮੇਰੇ ਪੰਜਾਬ ਦੇ ਵਿੱਚ ਇਹ ਗੱਲ ਸਾਡੀ ਹੋਈ ਹੈ। ਅੱਜ ਹੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹਿ ਰਹੇ ਹਾਂ ਕਿ ਵਿਜੇ ਕੁਮਾਰ ਜੀ ਅਬੋਹਰ ਦੇ ਵਿੱਚ ਇਹਨਾਂ ਨੂੰ ਕੋਂਟੈਕਟ ਕਰਕੇ ਹੁਣੀ ਰੋਟੀ ਪਹੁੰਚਾਓ, ਉੱਥੇ ਰਾਸ਼ਨ ਪਹੁੰਚਾਓ, ਔਰ ਦੇਖੋ ਕਿ ਕਿਉਂ ਇਹਨਾਂ ਨੂੰ ਕਾਰਡ ਨਹੀਂ ਮਿਲਿਆ, ਅਗਰ ਇਹਨਾਂ ਦੀ ਹਾਲਾਤ ਇੰਨੀ ਮਾੜੀ ਹੈ। ਅਸੀਂ ਤੁਹਾਡਾ ਵਿਜੇ ਕੁਮਾਰ ਜੀ ਪੂਰਾ ਸਾਥ ਦੇਵਾਂਗੇ, ਔਰ ਤੁਸੀਂ ਡਿਪਟੀ ਕਮਿਸ਼ਨਰ ਤੁਹਾਨੂੰ ਕੋਂਟੈਕਟ ਕਰਨਗੇ। ਤੁਸੀਂ ਇਹ ਵੀ ਪੁੱਛਿਆ ਮੈਨੂੰ ਮਨਦੀਪ ਸਿੰਘ ਜੀ ਨੇ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਪੰਜਾਬ ਦੇ ਵਿੱਚ, ਇਹ ਕਿਉਂਕਿ ਖਾਣਾ ਇੱਥੇ ਵਗੈਰਾ ਵਗੈਰਾ ਅੰਨ ਵਗੈਰਾ ਪੈਦਾ ਹੁੰਦਾ ਹੈ, ਤੁਸੀਂ ਇੱਥੇ ਫੂਡ ਪ੍ਰੋਡਕਸ਼ਨ ਦੇ ਵਿੱਚ ਕੀ ਤੁਸੀਂ ਫੋਕਸ ਕਰ ਰਹੇ ਹੋ? ਅਸੀਂ ਕਰ ਰਹੇ ਹਾਂ ਫੋਕਸ, ਮਿਲਕ ਪ੍ਰੋਡਕਸ਼ਨ 'ਤੇ ਅਸੀਂ ਫੋਕਸ ਕਰ ਰਹੇ ਹਾਂ, ਦੁੱਧ ਦੀ ਬੜੀ ਫੈਕਟਰੀਜ਼ ਲੱਗੀਆਂ, ਅਮੁੱਲ ਹੈ ਸਾਡੇ ਆਪਣੇ ਨੇ, ਵੇਰਕਾ ਵਾਲੇ ਨੇ, ਹੋਰ ਬੜੇ ਪ੍ਰਾਈਵੇਟ ਯੂਨਿਟਸ ਨੇ ਜਿਹੜੇ ਲੱਗੇ ਹੋਏ ਨੇ ਸਾਡੇ, ITC ਆਈ ਹੋਈ ਹੈ ਉਹਨਾਂ ਨੇ ਪਲਾਂਟ ਲਾ ਲਿੱਤਾ, ਸਾਡੇ ਇੱਧਰ ਲੇਜ਼ ਵਾਲੇ ਨੇ, ਪੈਪਸੀ ਵਾਲੇ ਉਹਨਾਂ ਨੇ ਲਾ ਲਿੱਤਾ, ਬਹੁਤ ਪਲਾਂਟਸ ਆ ਰਹੇ ਨੇ ਸਾਡੇ, ਫੂਡ ਪਾਰਕਸ ਇੱਥੇ ਲੱਗੀਆਂ ਨੇ 3, ਉਹਦੇ ਵਿੱਚ ਲੋਕ ਆ ਰਹੇ ਨੇ, ਸੋ ਇੱਥੇ ਕੋਈ ਕਮੀ ਨਹੀਂ। ਫੂਡ ਪ੍ਰੋਡਕਸ਼ਨ ਇਨਕਰੇਜ ਅਸੀਂ ਕਰ ਰਹੇ ਹਾਂ, ਔਰ ਅਸੀਂ ਡਾਈਵਰਸੀਫਿਕੇਸ਼ਨ ਪ੍ਰੋਗਰਾਮ ਵਿੱਚ ਵੀ ਅਸੀਂ ਹੁਣ ਚਾਹੁੰਦੇ ਹਾਂ ਕਿ ਸਬਜ਼ੀਆਂ ਵਗੈਰਾ ਹੋਣ, ਔਰ ਸਬਜ਼ੀਆਂ ਜਦ ਹੋਣਗੀਆਂ ਤਾਂ ਆਪਣੇ ਆਪ ਇੰਡਸਟਰੀ ਨੇ, ਸਬਜ਼ੀਆਂ ਕੰਜ਼ੂਮ ਕਰਨ ਵਾਲੀ ਇੰਡਸਟਰੀ ਉਹਨੇ ਉੱਠ ਜਾਣਾ, ਉਹ ਇਹ ਸਾਡੇ ਵਾਸਤੇ ਇਹ ਵਰੀ ਕਰਨ ਦੀ ਲੋੜ ਨਹੀਂ। ਇਹ ਜ਼ਰੂਰ ਜੋ ਪੰਜਾਬ ਦੇ ਵਿੱਚ ਇੱਥੇ ਸਾਡੀ ਹਿਸਟਰੀ ਹੈ, ਔਰ ਸਾਡੇ ਬਾਰੇ ਜੋ ਦੁਨੀਆ ਜਾਣਦੀ ਹੈ ਕਿ ਅਸੀਂ ਐਗਰੀਕਲਚਰ ਪ੍ਰੋਡਿਊਸਿੰਗ ਸਟੇਟ ਹੈ, ਐਗਰੀਕਲਚਰ ਇੱਕ ਚੀਜ਼ ਹੋ ਸਕਦੀ ਹੈ, ਦੂਜੀ ਚੀਜ਼ ਵੀ ਹੋ ਸਕਦੀ ਹੈ, ਤੀਸਰੀ ਵੀ ਹੋ ਸਕਦੀ ਹੈ, ਹਾਰਟੀਕਲਚਰ ਵੀ ਹੋ ਸਕਦੀ ਹੈ, ਵੈਜੀਟੇਬਲ ਪ੍ਰੋਡਕਸ਼ਨ ਵੀ ਹੋ ਸਕਦੀ ਹੈ, ਇਹ ਸਾਰੀਆਂ ਚੀਜ਼ਾਂ ਇਹ ਅਸੀਂ ਦੁਨੀਆ ਦੇ ਜਿਹੜੀ ਇੰਡਸਟਰੀ ਉਹ ਦੇਖ ਕੇ ਆਈ ਹੈ। ਸਾਡੇ ਕੋਲ ਇੱਕ ਸਪੈਨੀਅਰਡ ਆਏ ਨੇ ਉਰੇ, ਇੱਕ ਸਾਡੇ ਬ੍ਰਿਟਿਸ਼ ਵਾਲੇ ਲੱਗੇ ਹੋਏ ਨੇ, ਬਾਕੀ ਵੱਡੇ ਹਿੰਦੁਸਤਾਨ ਕੋਆਪਰੇਸ਼ਨ, ਮੈਂ ਤੁਹਾਨੂੰ ਉਹਨਾਂ ਦੇ ਨਾਮ ਦਿੱਤੇ ਨੇ। ਤਾਂ ਸਾਡੇ ਕੋਲ ਇਹੋ ਜਿਹੀ ਨਹੀਂ, ਸਾਨੂੰ ਹੁਣ ਤਾਂ ਮੈਂ ਆਸ ਕਰਦਾ ਕਿ ਜਿਹੜੇ ਚੀਨ 'ਚੋਂ ਇਹ ਬੰਦ ਹੋ ਰਹੀਆਂ ਨੇ ਯੂਨਿਟ ਔਰ ਬਾਹਰ ਜਾ ਰਹੀਆਂ ਨੇ ਚੀਨ ਤੋਂ, ਉਹਨਾਂ ਦੇ ਵਿੱਚ ਵੀ ਜਿਹੜੇ ਫੂਡ ਯੂਨਿਟ ਨੇ, ਫੂਡ ਤੋਂ ਇਲਾਵਾ ਵੀ ਯੂਨਿਟ ਸਾਡੇ ਪੰਜਾਬ 'ਚ ਆਓ, ਅਸੀਂ ਤੁਹਾਨੂੰ ਦੇਵਾਂਗੇ ਪਰਮਿਸ਼ਨ ਸਾਰੇ। ਸਾਡੇ 3100 ਏਕੜ ਜ਼ਮੀਨ ਤਕਰੀਬਨ ਅਸੀਂ 4 ਯੂਨਿਟ 'ਚ ਰੱਖੀ ਹੋਈ ਹੈ ਕਿ ਅਸੀਂ ਇਹਨਾਂ ਨੂੰ ਆ ਕੇ ਉਹਨੇ ਵਸਾ ਸਕੀਏ। ਦੇਖੋ, ਨੌਕਰੀਆਂ ਹੋ ਸਕਣਗੀਆਂ, ਆਰਥਿਕ ਸਾਧਨ ਸਾਡੇ ਵਧਣਗੇ, ਸਾਰੀਆਂ ਚੀਜ਼ਾਂ ਦੀ ਸਾਨੂੰ ਲੋੜ ਹੈ।
हूँ रजिंदर मान जी ने रोपड़ तो मैं एक सवाल किया और यह सवाल एक नहीं मेरा ख्याल सैकड़े सवाल होने ये थे मेरे कि जिम कद खोलोगे बच्चे चाहते ने जिम जाना तो ये असी जे फैसले ने पहली गल समझने वाली है कि ये जोड़े फैसले ने मैनेजमेंट के अधीन कुछ होए फिर सेंटर अपने हुक्म उत्थों दिंदी है होम मिनिस्ट्री दिंदी है अगर स्टेट की होंगी तो मेरे हाथ से होंगी सी लेकिन ये पूरे हिंदुस्तान वास्ते है तो नैशनल लॉकडाउन है और उन्होंने दो चीज़ हाले नहीं खोलिया कि साइकिलिंग कर लिया करो और उस तो बाद जिम आ जानी है थोड़े को और जिम थोड़े जब चलेंगे फिर तुम अपनी नॉर्मल लाइफ जो है तुम अपना शुरू कर देना फिर तुम एक मैनू अनिल कुमार जी राणा ने लिखे है हूँ इन्होंने ये नहीं दसिया कि शहर से वसते ने लेकिन यह क्या है कि साढ़े सड़क नहीं कोई बनती साढ़े दो नगर जोड़न वाली सड़क नहीं बन रही तो हालात बड़े माड़े ने हो रहे पहली गल तो राणा जी दिस इज़ ए कोविड करके तीन महीने तक टोटल लॉकडाउन रहा साढ़ा तुम्हें क्या कि 30 बार असी लोकल एम सी को गए ईओ को गए हूँ कंस्ट्रक्शन एक्टिविटी शुरू हो गई तुम कम करो तुम प्लीज़ जाके सानू एटलीस्ट दोबारा दसो कि तुम कि शहर च रहने हो और थोड़ी हेल्प असी करांगे और सिर्फ तुसी नहीं अगर होर भी कोई है जो अपनी कोई अजी मुसीबत देखते हैं तो तुसी सानू दसो असी थोड़ी हेल्प करने की पूरी कोशिश करांगे और थोनू साड़ी कोशिश है कि पंजाब नंबर एक सूबा बने हर पक्षों हिंदुस्तान दे विच और वो दे विच साड़े शहर ने 40% तो साड़ी आबादी शहर च रहिंदी है 60% पिंड च रहिंदी है और ये जरूरी है कि साड़ी आबादी भी जिहड़ी है वो जी शहर वाली है वो शहर वाली आबादी में भी असी चंकी तरह संभालीए और कोई थोड़ा जरा मैं एक बार दस दो शहर चो और असी थोड़ा पूरी मदद थोड़ी करा बहुत धन्यवाद थोड़ा सारे का वाहगुरु थोड़ा सुखी रखन तुम मेरी गल मनो और बस चढ़ी कला चलो और किसी तरीके घबरा नहीं बट जो थोनू कदम दसे ने वो तुम सिरे तक लेके चलो बहुत